ਸਤਿ ਸ਼੍ਰੀ ਅਕਾਲ ਮੈਂ ਹਾਂ ਦੀਪਿਕਾ ਖੋਸਲਾ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਚਾਤ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਉੱਤੇ। ਉੜੀਸਾ ਦੇ ਬਾਲਾਸੋਰ ਚ ਭਿਆਨਕ ਰੇਲ ਹਾਦਸਾ, ਸੈਂਕੜੇ ਲੋਕਾਂ ਦੀ ਹੋਈ ਮੌਤ, 900 ਦੇ ਕਰੀਬ ਹੋਏ ਜ਼ਖਮੀ। ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ। ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਨੂੰ ਨਸੀਹਤ, ਜਥੇਦਾਰ ਨੇ ਅਕਾਲੀ ਦਲ ਨੂੰ ਪੁਰਾਣਾ ਏਜੰਡਾ ਯਾਦ ਕਰਵਾਇਆ। ਜਥੇਦਾਰ ਨੇ ਕਿਹਾ ਰਾਜਸੀ ਸੋਚ ਵਿੱਚੋਂ ਸਿੱਖ ਪੰਥ ਮਨਫੀ ਹੋਇਆ। ਕੱਲੂਕਾਰਾ ਦਿਹਾੜੇ ਉੱਤੇ ਅੰਮ੍ਰਿਤਸਰ ਚ ਪਈ ਭਾਜੜ, ਪੁਲਿਸ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ। ਜਾਂਚ ਤੋਂ ਬਾਅਦ ਇਹ ਸੂਚਨਾ ਅਫਵਾਹ ਨਿਕਲੀ, ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫਤਾਰ। ਫਰੀਦਕੋਟ ਦੇ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਵਿਜੀਲੈਂਸ ਜਾਂਚ, ਰਿਸ਼ਵਤ ਮਾਮਲੇ ਚ SP ਤੇ DSP ਉੱਤੇ ਕੇਸ ਦਰਜ। ਆਰੋਪੀਆਂ ਨੇ IG ਦੇ ਨਾਮ ਉੱਤੇ ਮੰਗੀ ਸੀ ਰਿਸ਼ਵਤ। ਅਤੇ ਸਿੱਧੂ ਤੇ ਮਜੀਠੀਆ ਦੀ ਜੱਫੀ ਉੱਤੇ ਸਿਆਸਤ ਗਰਮ, ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਵਿੰਨੇ ਸਿੱਧੂ ਤੇ ਮਜੀਠੀਆ ਦੇ ਨਿਸ਼ਾਨੇ। ਲਾਲਜੀਤ ਨੇ ਕਿਹਾ ਕੈਮਰੇ ਸਾਹਮਣੇ ਜੱਫੀ ਹੁਣ ਪਈ, ਪਰ ਦੋਵਾਂ ਦੀ ਸਿਆਸੀ ਸਾਂਝ ਹੈ ਪੁਰਾਣੀ। ਤੇ ਹੁਣ ਖਬਰਾਂ ਦਾ ਵਿਸਥਾਰ। ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ 3 ਵੱਖੋ ਵੱਖਰੀਆਂ ਰੇਲ ਪਟੜੀਆਂ ਉੱਤੇ ਆ ਰਹੀਆਂ ਗੱਡੀਆਂ ਬੈਂਗਲੁਰੂ ਹਾਵੜਾ ਸੁਪਰਫਾਸਟ ਐਕਸਪ੍ਰੈਸ, ਕੋਰੋਮੰਡਲ ਐਕਸਪ੍ਰੈਸ ਤੇ ਮਾਲ ਗੱਡੀ ਦੇ ਇੱਕ ਦੂਜੇ ਨਾਲ ਟਕਰਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਖਬਰ ਲਿਖੇ ਜਾਣ ਤੱਕ 261 ਤੱਕ ਪੁੱਜ ਗਈ ਹੈ ਤੇ ਕਰੀਬ 900 ਯਾਤਰੀ ਜ਼ਖਮੀ ਹੋਏ ਨੇ। ਇਸ ਦੌਰਾਨ ਰੇਲਵੇ ਨੇ ਰੇਲ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਦਾ ਨੇੜੇ ਦੇ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਹੈ। ਵੈਸ਼ਨਵ ਨੇ ਕਿਹਾ ਕਿ ਮੁੱਖ ਧਿਆਨ ਹੁਣ ਰਾਹਤ ਅਤੇ ਬਚਾਅ ਕਾਰਜਾਂ ਉੱਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸਾ ਗ੍ਰਸਤ ਥਾਂ ਦਾ ਜਾਇਜ਼ਾ ਲਿਆ ਹੈ। ਉਹਨਾਂ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਤੇ ਜ਼ਖਮੀ ਹੋਣ ਵਾਲਿਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਹਾਦਸੇ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸ਼ਾਮ ਹਾਵੜਾ ਤੋਂ ਚੇਨਈ ਜਾ ਰਹੀ ਕੋਰੋਮੰਡਲ ਐਕਸਪ੍ਰੈਸ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਪ੍ਰਾਪਤ ਹੋਈ। ਮਿਲੀ ਜਾਣਕਾਰੀ ਮੁਤਾਬਕ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਯਾਤਰੀਆਂ ਨਾਲ ਭਰੀ ਟ੍ਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਤਕਰੀਬਨ 233 ਲੋਕਾਂ ਦੀ ਮੌਤ ਹੋ ਗਈ ਅਤੇ 933 ਯਾਤਰੀ ਜ਼ਖਮੀ ਹੋ ਗਏ ਨੇ। ਇਸ ਦੌਰਾਨ ਘਟਨਾ ਸਥਾਨ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਪਹੁੰਚੇ। ਜਾਇਜ਼ਾ ਲੈਂਦੇ ਹੋਏ ਉਹਨਾਂ ਕਿਹਾ ਕਿ ਹੁਣ ਮੁੱਖ ਰੂਪ ਨਾਲ ਰਾਹਤ ਅਤੇ ਬਚਾਅ ਮੁਹਿੰਮ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੱਖਣੀ ਪੂਰਬੀ ਸਰਕਲ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਉੜੀਸਾ ਵਿੱਚ ਹੋਈ ਰੇਲ ਹਾਦਸੇ ਦੀ ਜਾਂਚ ਕਰਨਗੇ। ਪਰਿਵਾਰੋਂ ਕੇ ਮੈਂਬਰ ਚਲੇ ਗਏ, ਪਹਿਲੇ ਉਨਕੇ ਪਾਸ ਠੀਕ ਤਰੀਕੇ ਸੇ ਪਹੁੰਚੇ। ਜੋ ਵਿਅਕਤੀ ਆਜ ਘਾਇਲ ਹੋਏ ਹੈ, ਉਨ ਘਾਇਲੋਂ ਕਾ ਇਲਾਜ ਹੋ, ਸਬਸੇ ਪਹਿਲੇ ਵੋ ਫੋਕਸ। ਮੈਂ ਯਹੀ ਕਹੂੰਗਾ ਕਿ ਅਭੀ ਸਬਸੇ ਪਹਿਲਾ ਫੋਕਸ ਰੱਖੇ ਰੈਸਕਿਊ ਪੇ ਔਰ ਰਿਲੀਫ ਪੇ। ਰੈਸਟੋਰੇਸ਼ਨ ਕਾ ਕਾਮ ਤੁਰੰਤ ਚਾਲੂ ਹੋਗਾ, ਜੈਸੇ ਹੀ ਕੰਪਲੀਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੀ ਤਰਫ ਸੇ ਕਲੀਅਰੈਂਸ ਮਿਲਤਾ ਹੈ, ਤੁਰੰਤ ਰੈਸਟੋਰੇਸ਼ਨ ਕਾ ਕਾਮ ਚਾਲੂ ਹੋਗਾ। ਆਲਰੇਡੀ ਜਿਤਨੀ ਵੀ ਰੈਸਟੋਰੇਸ਼ਨ ਕੇ ਲਈ ਮਸ਼ੀਨੇ ਹੈ ਵੋ ਡਿਪਲੋਏ ਕਰਕੇ ਸੋਰੋ ਮੈਂ ਖੜੀ ਹੈ ਅਭੀ। ਆਲਰੇਡੀ ਮੈਂ ਰਾਸਤਾ ਮੈਂ ਦੇਖ ਕੇ ਆਇਆ ਹੂੰ, ਅਭੀ ਨਹੀਂ ਕਹਾ ਜਾ ਸਕਤਾ, ਇਨਕੁਆਇਰੀ ਕੇ ਬਾਅਦ ਮੈਂ ਹੀ ਪਤਾ ਚਲੇ। ਡੈਥ ਟੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਰੇਲਵੇ ਐਡਮਿਨਿਸਟ੍ਰੇਸ਼ਨ ਕੀ ਤਰਫ ਸੇ ਕੰਟੀਨਿਊਸਲੀ ਆਪਕੋ ਅਪਡੇਟ ਕੀਆ ਜਾ ਰਹਾ ਹੈ, ਉਸੀ ਨੰਬਰ ਕੋ ਆਪ ਲੈ ਕੇ ਚਲੇ। ਅਭੀ ਕੁਛ ਵੀ ਕਹਿਣਾ ਉਚਿਤ ਨਹੀਂ ਹੈ, ਇਨਕੁਆਇਰੀ ਹੋਣੇ ਦੀਜੀਏ ਔਰ ਸਾਰਾ ਫੋਕਸ ਰੈਸਕਿਊ ਔਰ ਜੋ घायल हुए उनके इलाज पे फोकस करें। सारा सब सारा का सारा फोकस, मैंने कहा जैसे आपसे, रेस्क्यू और इलाज पे ध्यान दिया जाए, रेस्टोरेशन पे ध्यान देना है। ਉਹ ਹੀ NDRF ਦੇ DG ਅਤੁਲ ਕਰਵਲ ਨੇ ਟ੍ਰੇਨ ਹਾਦਸੇ ਤੇ ਬੋਲਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਉਹਨਾਂ ਕਿਹਾ ਕਿ NDRF ਦੀਆਂ 9 ਟੀਮਾਂ ਬਚਾਅ ਕਾਰਜ ਦੇ ਲਈ ਪਹੁੰਚੀਆਂ ਹੋਈਆਂ ਨੇ। ਇਟਸ ਅ ਵੈਰੀ ਟ੍ਰੈਜਿਕ ਇਨਸੀਡੈਂਟ, ਇਟਸ ਅ ਹਿਊਜ ਲਾਸ ਆਫ ਲਾਈਫ ਐਂਡ ਵੀ ਆਰ ਹੋਪਫੁਲ ਦੈਟ ਐਜ਼ ਵੀ ਵਰਕ ਥਰੂ ਦ ਡੇ ਟੂ ਡੇ ਟੂ ਕਲੀਅਰ ਦ ਰਿਮੇਨਿੰਗ ਕੋਚਸ, ਵੀਲ ਫਾਈਂਡ ਮੋਰ ਲਾਈਵ ਪੀਪਲ ਟੂ ਬ੍ਰਿੰਗ ਆਊਟ ਆਫ ਦੋਜ਼ ਕੋਚਸ ਐਂਡ ਵੀ ਆਰ ਵਰਕਿੰਗ ਵਿਦ ਆਲ ਦੀ ਫੋਰਸਿਸ ਦੇਅਰ ਔਨ ਗਰਾਊਂਡ ਇਨ ਟੋਟਲ ਕੋਆਰਡੀਨੇਸ਼ਨ। I am hopeful this will get completed by today evening. ਇਥੇ ਵੀ ਦੱਸ ਦਈਏ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਪਹਿਲਾਂ ਘਟਨਾ ਸਥਾਨ ਤੇ ਪਹੁੰਚੇ ਅਤੇ ਫਿਰ ਉਹਨਾਂ ਦੇ ਵੱਲੋਂ ਹਸਪਤਾਲ ਵਿੱਚ ਦਾਖਲ ਹੋਏ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਹੈ। ਇਥੇ ਵੀ ਦੱਸਣਾ ਬਣਦਾ ਹੈ ਕਿ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ ਤੋਂ ਬਾਅਦ ਅੱਜ ਇੱਕ ਦਿਨ ਦਾ ਸੋਗ ਦਾ ਐਲਾਨ ਕੀਤਾ ਹੋਇਆ। 3 ਜੂਨ ਨੂੰ, ਯਾਨੀ ਕਿ ਅੱਜ ਪੂਰੇ ਦਿਨ ਕੋਈ ਵੀ ਰਾਜ ਸਮਾਰੋਹ ਨਹੀਂ ਹੋਵੇਗਾ। ਇਸੇ ਦੇ ਨਾਲ ਹੀ ਦੱਸ ਦਈਏ ਕਿ ਮੁੰਬਈ ਗੋਆ ਵੰਦੇ ਭਾਰਤ ਟ੍ਰੇਨ ਦਾ ਅੱਜ ਜੋ ਉਦਘਾਟਨ ਹੋਣਾ ਸੀ ਉਹ ਵੀ ਨਹੀਂ ਹੋਵੇਗਾ। ਉੜੀਸਾ ਹਾਦਸੇ ਤੋਂ ਬਾਅਦ PM ਮੋਦੀ ਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਰੇਲ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਇਸ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉੜੀਸਾ ਟ੍ਰੇਨ ਹਾਦਸੇ ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਅਰਦਾਸ ਕੀਤੀ ਹੈ ਕਿ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕ ਜਲਦ ਸਿਹਤਯਾਬ ਹੋ ਜਾਣ।
ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਆਯੋਜਿਤ ਪ੍ਰੋਗਰਾਮ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਨੇ ਭਾਰੀ ਸਟੇਜ ਤੋਂ ਇੱਕ ਵਾਰ ਫਿਰ ਅਕਾਲੀ ਦਲ ਨੂੰ ਨਸੀਹਤ ਦਿੱਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਲਾਹ ਦੇ ਨਾਲ ਨਾਲ ਅਕਾਲੀ ਦਲ ਨੂੰ ਉਹਨਾਂ ਦਾ 50 ਸਾਲ ਪੁਰਾਣਾ ਏਜੰਡਾ ਵੀ ਯਾਦ ਕਰਵਾਇਆ। ਇੰਨਾ ਹੀ ਨਹੀਂ, ਉਹਨਾਂ ਅਕਾਲੀ ਦਲ ਨੂੰ ਉਹਨਾਂ ਦੀਆਂ ਕਮੀਆਂ ਵੀ ਯਾਦ ਕਰਵਾਈਆਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਿੱਖ ਪੰਥ ਅਤੇ ਗੁਰਦੁਆਰੇ ਸਾਡੇ ਏਜੰਡੇ ਵਿੱਚ ਪਹਿਲੇ ਨੰਬਰ ਉੱਤੇ ਸਨ, ਪਰ ਹੁਣ ਰਾਜਸੀ ਸੋਚ ਵਿੱਚੋਂ ਸਿੱਖ ਪੰਥ ਮਨਫੀ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਚੱਲ ਰਹੀ ਹੈ। ਇੱਕ ਸਮਾਗਮ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਸਾਰੇ ਸਵਾਲ ਖੜੇ ਕੀਤੇ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਆਪਣੇ ਮਕਸਦ ਤੋਂ ਭਟਕ ਚੁੱਕਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਰਾਜਸੀ ਸੋਚ ਵਿੱਚੋਂ ਸਿੱਖ ਪੰਥ ਮਨਫੀ ਹੋ ਗਿਆ। ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਕੋਈ ਸਮਾਂ ਸੀ ਸਾਡੇ ਰਾਜਸੀ ਅਜੰਡੇ ਦੇ ਵਿੱਚ ਇਹ ਸ਼ਬਦ ਜਿਹੜੇ ਆ ਉਹ ਪਹਿਲੇ ਨੰਬਰ ਤੇ ਹੁੰਦੇ ਸੀ, ਸਿੱਖ ਪੰਥ ਤੇ ਗੁਰਦੁਆਰੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ 50 ਸਾਲ ਪੁਰਾਣਾ ਜਿਹੜਾ ਹੈ ਉਹ ਤੁਸੀਂ ਪੜ੍ਹ ਕੇ ਦੇਖ ਲਓ ਸੰਵਿਧਾਨ। 50 ਸਾਲ ਪੁਰਾਣੇ ਸੰਵਿਧਾਨ ਦੇ ਵਿੱਚ ਮੁੱਖ ਏਜੰਡਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ? ਇਹ ਬਾਖੂਬੀ ਲਿਖਿਆ ਹੋਇਆ ਸਿੱਖ ਪੰਥ ਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ। ਅੱਜ ਸਾਡੀ ਰਾਜਸੀ ਸੋਚ ਦੇ ਵਿੱਚੋਂ ਸਿੱਖ ਪੰਥ ਵੀ ਮਨਫੀ ਹੋ ਗਿਆ ਔਰ ਗੁਰਦੁਆਰੇ ਵੀ ਮਨਫੀ ਹੋ ਗਏ। ਇਹ ਸਾਡੀ ਕਮਜ਼ੋਰੀ। ਜੇ ਅਸੀਂ ਤਾਕਤਵਰ ਬਣਨਾ ਹੈ ਤਾਂ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਆਪਣੀਆਂ ਸੰਸਥਾਵਾਂ ਜਿਹੜੀਆਂ ਸਿਰ ਤੋਂ ਉੱਤੇ ਬੈਠ ਕੇ ਮਜ਼ਬੂਤ ਕਰਨੀਆਂ ਹੋਣਗੀਆਂ। ਜਿਵੇਂ ਮਾਨਜੋਤ ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਸੰਸਥਾਵਾਂ ਜਿਹੜੀਆਂ ਨੇ ਇਹ ਕੌਮਾਂ ਦੀ ਰੀੜ੍ਹ ਦੀ ਹੱਡੀ ਹੁੰਦੀਆਂ। ਜੇ ਇਹ ਕਮਜ਼ੋਰ ਹੋ ਗਈਆਂ ਤੇ ਕੌਮਾਂ ਨੂੰ ਕਮਜ਼ੋਰ ਹੋਣਾ ਜਿਹੜਾ ਕੋਈ ਬਚਾ ਨਹੀਂ ਸਕਦਾ। ਅੱਜ ਫਿਰਕਾ ਪ੍ਰਸਤ ਲੋਕ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖ ਚੁੱਕੇ ਨੇ। ਕੋਈ ਸਮਾਂ ਸੀ ਜਦੋਂ ਇਹਨਾਂ ਲੋਕਾਂ ਨੇ ਸਿੱਖਾਂ ਤੇ ਹਿੰਦੂਆਂ ਨੂੰ ਆਪਸ ਦੇ ਵਿੱਚ ਵੰਡਿਆ। ਅੱਜ ਸਿੱਖਾਂ ਤੇ ਹਿੰਦੂਆਂ ਨੂੰ ਵੀ ਆਪਸ ਦੇ ਵਿੱਚ ਵੰਡਣ ਦੀਆਂ ਗੋਂਦਾਂ ਨਹੀਂ ਬੁਣੀਆਂ ਜਾ ਰਹੀਆਂ, ਬਲਕਿ ਸਿੱਖਾਂ ਨੂੰ ਦਲਿਤ ਸਮਾਜ ਜਿਹਨਾਂ ਨੂੰ ਦਲਿਤ ਕਹਿੰਦੇ ਆ ਉਹਨਾਂ ਨਾਲੋਂ ਵੀ ਵੰਡੀਆਂ ਜਿਹੜੀਆਂ ਉਹ ਪਾਉਣ ਦੇ ਬੜੇ ਕੋਝੇ ਯਤਨ ਜਿਹੜੇ ਹੋ ਰਹੇ। ਕੋਈ ਜਾਤੀ ਭਾਰ ਭਾਵ ਨਹੀਂ ਹੈ ਜਿੰਨੀ ਵੱਡੀ ਪੱਧਰ ਦੇ ਉੱਤੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਹੈ ਕਿ ਰਾਜਸਥਾਨ ਦੇ ਅੰਦਰ ਇੱਕ ਦਲਿਤ ਨੌਜਵਾਨ ਨੇ ਸੋਹਣੇ ਕੱਪੜੇ ਪਾ ਲਏ, ਉਹਨੇ ਸੋਹਣਾ ਦੇਖਣ ਦਾ ਯਤਨ ਕੀਤਾ, ਜਦੋਂ ਉਹ ਬਾਜ਼ਾਰ 'ਚ ਨਿਕਲਿਆ ਤੇ ਉੱਚ ਜਾਤੀ ਲੋਕਾਂ ਨੇ ਉਹਦੀ ਬੁਰੀ ਤਰ੍ਹਾਂ ਕੁੱਟ ਮਾਰ ਦਿੱਤੀ। ਕਮਾਲ ਦੀ ਗੱਲ ਹੈ, ਪੰਜਾਬ ਦੇ ਵਿੱਚ ਇਹ ਹਾਲਾਤ ਨਹੀਂ ਹੈ, ਲੇਕਿਨ ਦਿਖਾਇਆ ਜਾ ਰਿਹਾ ਮੀਡੀਆ ਦੇ ਵਿੱਚ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਜਿਹੜਾ ਹੈ ਉਹ ਜਾਤੀਵਾਦ ਆ। ਇੱਥੇ ਜਾਤੀਵਾਦ ਨਹੀਂ ਹੈ ਜਿੰਨਾ ਬਾਕੀ ਸੂਬਿਆਂ ਦੇ ਵਿੱਚ। ਇੱਥੇ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਕਈ ਸਵਾਲ ਖੜੇ ਕਰ ਰਹੇ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ ਸਾਹਮਣੇ ਹੋ ਚੁੱਕੀ ਹੈ। ਜੂਨ ਦੇ ਪਹਿਲੇ ਹਫਤੇ ਪੰਜਾਬ 'ਚ ਹਾਈ ਅਲਰਟ ਕਰ ਦਿੱਤਾ ਜਾਂਦਾ ਹੈ। ਘੱਲੂਘਾਰਾ ਦਿਵਸ ਨੂੰ ਲੈ ਕੇ ਜ਼ਿਲ੍ਹਿਆਂ ਦੇ ਵੱਖ ਵੱਖ ਚੌਂਕਾਂ ਉੱਤੇ ਪੁਲਿਸ ਵੀ ਤਾਇਨਾਤ ਕਰ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪਰ ਗੁਰੂ ਨਗਰੀ ਅੰਮ੍ਰਿਤਸਰ 'ਚ ਮੁੜ ਕੁਝ ਅਜਿਹਾ ਵਾਪਰਿਆ ਜਿਸ ਕਾਰਨ ਪੁਲਿਸ ਨੂੰ ਭਾਜੜਾ ਪੈ ਗਈਆਂ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਪ੍ਰਾਪਤ ਹੋਈ। ਸੂਚਨਾ ਮਿਲਦੇ ਹੀ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਬੰਬ ਦੀ ਸੂਚਨਾ ਮਹਿਜ਼ ਅਫਵਾਹ ਨਿਕਲੀ। ਇਸ ਦੌਰਾਨ ਪੁਲਿਸ ਨੇ ਝੂਠੀ ਖਬਰ ਫੈਲਾਉਣ ਵਾਲਾ ਵਿਅਕਤੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਆਰੋਪੀ ਨੇ ਚੋਰੀ ਕੀਤੇ ਫੋਨ ਤੋਂ ਕੰਟਰੋਲ ਰੂਮ 'ਚ ਝੂਠੀ ਖਬਰ ਦਿੱਤੀ ਸੀ। ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਅਤੇ ਸਰਚ ਅਭਿਆਨ ਚਲਾਏ ਜਾਣ ਲੱਗੇ। ਇਸ ਦੇ ਨਾਲ ਹੀ ਥਾਂ ਥਾਂ ਤੇ ਨਾਕੇਬੰਦੀ ਵੀ ਕੀਤੀ ਗਈ। ਜਾਂਚ ਪੜਤਾਲ ਦੌਰਾਨ ਪੁਲਿਸ ਨੂੰ ਪਤਾ ਚੱਲਿਆ ਕਿ ਇਹ ਸਿਰਫ ਅਫਵਾਹ ਹੀ ਸੀ ਅਤੇ ਅਫਵਾਹ ਫੈਲਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ DCP ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਜਾਣਦੇ ਹਾਂ। ਕਿਸੇ ਕਾਲਰ ਦਾ ਫੋਨ ਆਇਆ ਕਿ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਬੈਕ ਸਾਈਡ ਆ ਬਾਹਰਲਾ ਪਾਸਾ ਉਧਲੇ ਬੰਨੇ ਵੀ ਚਾਰ ਜਿਹੜੇ ਆ ਬੰਬ ਫਿੱਟ ਕਰ ਦਿੱਤੇ ਆ। ਤਾਂ ਜਦੋਂ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਔਰ ਮੇਰੀ ਪੂਰੀ ਟੀਮ ਜਿਹੜੀ ਆ ਅਸੀਂ ਮੌਕੇ 'ਤੇ ਗਏ ਹਾਂ। ਅਸੀਂ ਅਲੱਗ ਅਲੱਗ ਪਾਰਟੀਆਂ ਬਣਾ ਕੇ ਪੂਰੀ ਸਰਚ ਕੀਤੀ ਔਰ ਉਸ ਪੂਰੇ ਏਰੀਏ ਦੀ ਘੇਰਾਬੰਦੀ ਕਰਕੇ ਜਦੋਂ ਅਸੀਂ ਸਰਚ ਵਗੈਰਾ ਕੀਤੀ ਤਾਂ ਉੱਥੋਂ ਸਾਨੂੰ ਕੁਛ ਨਹੀਂ ਮਿਲਿਆ। ਅਤੇ ਨਾਲ ਦੀ ਨਾਲ ਹੀ ਸਾਡੀ ਜਿਹੜੀ ਇੱਕ ਟੀਮ ਲੱਗੀ ਸੀ ਫੋਨ ਦੇ ਉੱਤੇ, ਜਿਸ ਫੋਨ ਤੋਂ ਕਾਲ ਆਈ ਸੀ ਉਸ ਫੋਨ ਦੇ ਉੱਤੇ ਵੀ ਅਸੀਂ ਕੰਮ ਵਰਕ ਕਰਨਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਪਤਾ ਲੱਗਾ ਕਿ ਇਹ ਪਹਿਲਾਂ ਕਾਲ ਜਿਹੜੀ ਆ ਉਹਨੇ 112 'ਤੇ ਕੀਤੀ ਜਦੋਂ ਮੋਹਾਲੀ ਗਈ, ਫਿਰ ਮੋਹਾਲੀ ਤੋਂ ਸਾਡੇ ਕੰਟਰੋਲ ਰੂਮ ਰਾਹੀਂ ਸਾਨੂੰ ਪਤਾ ਲੱਗਾ।
ਤਾਂ ਇਹਦੇ 'ਤੇ ਉਹਨੇ ਆਪਣਾ ਫੋਨ ਸਵਿੱਚ ਆਫ ਕਰ ਦਿੱਤਾ ਸੀਗਾ। ਸਰਚ ਦੇ ਦੌਰਾਨ ਸਾਨੂੰ ਕੁਛ ਨਹੀਂ ਇਹੋ ਜਿਹੀ ਗੱਲਬਾਤ ਪਤਾ ਲੱਗੀ ਔਰ ਅਸੀਂ ਪੂਰਾ ਦਰਬਾਰ ਸਾਹਿਬ ਦਾ ਬਾਹਰਲਾ ਪਾਸਾ ਔਰ ਹੀ ਆਪਣਾ ਪੂਰਾ ਹੈਰੀਟੇਜ ਵਿਭਾਗ, ਸਾਡੀਆਂ ਵੈਸੇ ਵੀ ਉੱਧਰ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਆਲਰੇਡੀ ਸਾਰਾ ਪੂਰਾ ਇਹਦਾ ਆਲਾ ਦੁਆਲਾ ਅਸੀਂ ਕਵਰ ਕੀਤਾ ਹੋਇਆ ਪੂਰਾ। ਫਿਰ ਵੀ ਅਸੀਂ ਉਹਨੂੰ ਬਰੀਕਲੀ ਦੇ ਨਾਲ ਸਾਰਾ ਆਪਣਾ ਇਹ 'ਤੇ ਵਰਕ ਕੀਤਾ ਕਿ ਕੀ ਕਾਰਨ ਹੈ, ਕਿਉਂ ਇਹ ਫੋਨ ਆਇਆ। ਤਾਂ ਬਾਅਦ ਦੇ ਵਿੱਚ ਜਦੋਂ ਸਵੇਰੇ ਇਸ ਬੰਦੇ ਨੇ ਆਪਣਾ ਕਦੀ ਫੋਨ ਬੰਦ ਕਰ ਦਿੰਦਾ ਸੀ, ਕਦੀ ਔਨ ਕਰ ਦਿੰਦਾ ਸੀ, ਜਦੋਂ ਦੁਬਾਰਾ ਅਸੀਂ ਇਸ ਪੂਰਾ ਫੋਨ ਨੂੰ ਟਰੈਕ ਕਰਕੇ ਇਹਦੇ ਤੱਕ ਪਹੁੰਚੇ ਤਾਂ ਅਸੀਂ ਇਹਨੂੰ ਸਵੇਰੇ ਬੰਦੇ ਨੂੰ ਜਦੋਂ ਇਹਨੂੰ ਫੜਿਆ ਤਾਂ ਇਹਦੀ ਪੁੱਛਗਿੱਛ ਵਿੱਚ ਇਹਨੇ ਦੱਸਿਆ ਕਿ ਇਹ ਜੋ ਵੀ ਮੈਂ ਕੀਤਾ ਇੱਕ ਜਿਹੜੀ ਆ ਸ਼ਰਾਰਤ ਕੀਤੀ ਆ, ਝੂਠੀ ਇਹਨੇ ਅਫਵਾਹ ਫੈਲਾਈ ਆ ਪੈਨਿਕ ਕਰਨ ਵਾਸਤੇ ਔਰ ਉਹਦੇ ਵਾਸਤੇ ਤਾਂ ਜੋ ਕਿ ਜਿਹੜੀ ਆ ਆਮ ਪਬਲਿਕ ਆ ਉਹਦੇ ਵਿੱਚ ਜਿਹੜਾ ਆ ਕੋਈ ਦਹਿਸ਼ਤ ਫੈਲ ਜਾਵੇ। ਅਤੇ ਔਰ ਜਦੋਂ ਜਿਸ ਫੋਨ ਤੋਂ ਇਹਨੇ ਫੋਨ ਕੀਤਾ ਉਹ ਫੋਨ ਵੀ ਇਹਨੇ ਕੋਈ ਇਹਦੀ ਪੁੱਛਗਿੱਛ ਦਾ ਦੱਸਿਆ ਕਿ ਕੋਈ ਕਰੀਬ 4-5 ਦਿਨ ਪਹਿਲਾਂ ਹੀ ਇਹਨੇ ਚੋਰੀ ਕੀਤਾ ਦਰਬਾਰ ਸਾਹਿਬ ਤੋਂ। ਤਾਂ ਇਹਨੇ ਇਹ ਜਿਹੜਾ ਰਾਤ ਜਿਹੜੀ ਇਹ ਘਿਨੌਣੀ ਹਰਕਤ ਕਰਕੇ ਜਿਹਦੇ ਰਾਹੀਂ ਪੂਰੀਆਂ ਦਹਿਸ਼ਤ ਫੈਲਾਈ ਆ ਔਰ ਇਹਦੇ ਅਸੀਂ FIR ਨੰਬਰ 66, 323 ਅੰਡਰ ਸੈਕਸ਼ਨ 505(1), 505(2), 506, 182 IPC ਦੀ ਧਾਰਾ ਦੇ ਤਹਿਤ ਅਸੀਂ ਇਹ ਤੇ ਪਰਚਾ ਦਰਜ ਕਰਕੇ ਇਹਦੀ ਰਿਪੋਰਟ। ਦੱਸ ਦਈਏ ਕਿ ਜੂਨ ਦਾ ਮਹੀਨਾ ਚੱਲ ਰਿਹਾ ਅਤੇ ਘੱਲੂਘਾਰਾ ਦਿਵਸ ਹੋਣ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਸੂਬੇ ਭਰ ਦੇ ਵਿੱਚ ਅਲਰਟ ਚੱਲ ਰਹੀ ਹੈ। ਇਸੇ ਦਰਮਿਆਨ ਹੁਣ ਇਹ ਖਬਰ ਮਿਲਣ ਤੋਂ ਬਾਅਦ ਪੈਰਾ ਮਿਲਟਰੀ ਫੋਰਸ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। 50 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਟੀਮ ਨੇ ਫਰੀਦਕੋਟ ਦੇ ਪੁਲਿਸ ਅਧਿਕਾਰੀਆਂ ਖਿਲਾਫ਼ ਵੱਡੀ ਕਾਰਵਾਈ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 7 ਨਵੰਬਰ 2019 ਚ ਵਾਪਰੇ ਸੰਤ ਬਾਬਾ ਦਿਆਲ ਦਾਸ ਦੇ ਕਤਲਕਾਂਡ ਮਾਮਲੇ ਚ 50 ਲੱਖ ਦੀ ਰਿਸ਼ਵਤ ਫਰੀਦਕੋਟ ਦੇ IG ਦੇ ਨਾਂ ਉੱਤੇ ਮੰਗੀ ਗਈ ਸੀ। ਬਾਅਦ ਵਿੱਚ ਇਹ ਮਾਮਲਾ 35 ਲੱਖ ਰੁਪਏ ਚ ਤੈਅ ਹੋ ਗਿਆ। ਇਸ ਦੌਰਾਨ ਅਧਿਕਾਰੀਆਂ ਨੇ 20 ਲੱਖ ਰੁਪਏ ਵਸੂਲ ਲਏ ਸਨ, ਜਦਕਿ 15 ਲੱਖ ਰੁਪਏ ਦੀ ਵਸੂਲੀ ਕਰਨੀ ਬਾਕੀ ਸੀ। ਇਹ ਮਾਮਲਾ ਜਦੋਂ ਵਿਜੀਲੈਂਸ ਤੱਕ ਪੁੱਜਿਆ ਤਾਂ ਵਿਜੀਲੈਂਸ ਨੇ ਫਰੀਦਕੋਟ ਦੇ SP ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ ਸਮੇਤ 5 ਲੋਕਾਂ ਉੱਤੇ ਕੇਸ ਦਰਜ ਕੀਤਾ ਹੈ। ਰਿਸ਼ਵਤਖੋਰੀ ਨੂੰ ਨੱਥ ਪਾਉਣ ਦੇ ਲਈ ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ। ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਵਿਜੀਲੈਂਸ ਦੇ ਨਿਸ਼ਾਨੇ ਤੇ ਪੁਲਿਸ ਅਧਿਕਾਰੀ ਆ ਚੁੱਕੇ ਨੇ। ਹਾਸਲ ਹੋਈ ਜਾਣਕਾਰੀ ਮੁਤਾਬਕ ਚੰਡੀਗੜ੍ਹ, ਫਿਰੋਜ਼ਪੁਰ ਅਤੇ ਫਰੀਦਕੋਟ ਦੀ ਵਿਜੀਲੈਂਸ ਟੀਮ ਨੇ ਫਰੀਦਕੋਟ ਦੇ SSP ਦਫ਼ਤਰ ਤੇ ਛਾਪਾ ਮਾਰਿਆ। ਇਸ ਦਰਮਿਆਨ ਟੀਮ ਨੇ 2 ਅਧਿਕਾਰੀਆਂ ਤੋਂ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ IG ਪ੍ਰਦੀਪ ਕੁਮਾਰ ਯਾਦਵ ਦੇ ਨਾਮ ਤੇ ਫਰੀਦਕੋਟ ਦੇ SP ਇਨਵੈਸਟੀਗੇਸ਼ਨ ਅਤੇ DSP ਸਣੇ 5 ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹੈ, ਜਿਸ ਤੋਂ ਬਾਅਦ ਵਿਜੀਲੈਂਸ ਨੇ ਇਨ੍ਹਾਂ ਅਧਿਕਾਰੀਆਂ ਖਿਲਾਫ਼ FIR ਦਰਜ ਕਰ ਲਈ ਹੈ। ਇਸ ਮਾਮਲੇ ਦੇ ਵਿੱਚ ਫਰੀਦਕੋਟ ਦੇ SSP ਹਰਜੀਤ ਸਿੰਘ ਨੇ ਕੁਝ ਜਾਣਕਾਰੀ ਸਾਂਝੀ ਕੀਤੀ। ਆਓ ਜਾਣਦੇ ਹਾਂ। ਇਹ 154 ਨੰਬਰ FIR 2019 ਦੀ ਥਾਣਾ ਸਦਰ ਕੋਟਕਪੂਰਾ ਦੇ ਵਿੱਚ ਦਰਜ ਕੀਤੀ ਗਈ ਸੀ। ਇਸ FIR ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣੀ ਪਾਈ ਗਈ ਸੀ ਅਤੇ 302 IPC ਦੀ ਧਾਰਾ ਤਹਿਤ FIR ਦਰਜ ਕਰਕੇ ਤਫਤੀਸ਼ ਆਰੰਭ ਹੋਈ ਸੀ। ਇਸ ਤਫਤੀਸ਼ ਦੌਰਾਨ ਕੁਝ ਅਜਿਹੇ ਪਹਿਲੂ ਆਏ ਜਿਸ ਦੌਰਾਨ ਕਿ ਇੱਕ ਵਿਅਕਤੀ ਗਗਨਦਾਸ ਵੱਲੋਂ, ਜਿਹੜਾ ਕਿ ਉਹ ਪਿੰਡ ਕੋਟ ਸੁਖੀਆ ਦਾ ਹੀ ਰਹਿਣ ਵਾਲਾ ਹੈ, ਉਸ ਵੱਲੋਂ ਇੱਕ ਦਰਖਾਸਤ ਜਿਹੜੀ ਹੈਗੀ ਚੰਡੀਗੜ੍ਹ ਵਿਖੇ DGP ਆਫਿਸ ਨੂੰ ਦਿੱਤੀ ਗਈ। ਉਸ ਦਰਖਾਸਤ ਦੀ ਪੜਤਾਲ DIG ਫਿਰੋਜ਼ਪੁਰ ਰੇਂਜ ਵੱਲੋਂ ਕਰਨ ਉਪਰੰਤ, ਪ੍ਰਵਾਨਗੀ ਹੋਣ ਉਪਰੰਤ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਮੁਕੱਦਮਾ ਨੰਬਰ 64 ਥਾਣਾ ਸਦਰ ਕੋਟਕਪੂਰਾ ਦੇ ਵਿੱਚ ਦਰਜ ਕੀਤਾ ਗਿਆ। ਇਹ ਮੁਕੱਦਮਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਹਦੇ ਵਿੱਚ ਧਾਰਾ 8, ਧਾਰਾ 7A, ਧਾਰਾ 13 ਅਤੇ 120 IPC ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਔਰ ਕੁੱਲ 5 ਵਿਅਕਤੀਆਂ 'ਤੇ ਇਹ ਮੁਕੱਦਮਾ ਦਰਜ ਹੋਇਆ, ਜਿਹਦੇ 'ਚ ਕਿ 3 ਜਿਹੜੇ ਨੇ ਪੁਲਿਸ ਅਧਿਕਾਰੀ। ਔਰ ਫਿਲਹਾਲ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਦਰਜ ਹੋਇਆ ਉਹਦੀ ਤਫਤੀਸ਼ ਵਾਸਤੇ ਵਿਜੀਲੈਂਸ ਵਿਭਾਗ ਨੂੰ ਜਿਹੜੀ ਹੈਗੀ ਹੈ ਇਹਦੀ ਤਫਤੀਸ਼ ਸੌਂਪ ਦਿੱਤੀ ਗਈ ਹੈ। ਔਰ ਵਿਜੀਲੈਂਸ ਵੱਲੋਂ ਜੋ ਵੀ ਇਹਦੀ ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ। ਇੱਥੇ ਦੱਸਣਯੋਗ ਹੈ ਕਿ 5 ਨਵੰਬਰ 2019 ਦੇ ਵਿੱਚ ਕੋਟ ਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਅਤੇ ਸੰਤ ਬਾਬਾ ਦਿਆਲ ਦਾਸ ਦੇ ਕਤਲਕਾਂਡ ਮਾਮਲੇ ਵਿੱਚ 50 ਲੱਖ ਦੀ ਰਿਸ਼ਵਤ ਫਰੀਦਕੋਟ ਦੇ IG ਦੇ ਨਾਮ ਤੇ ਮੰਗੀ ਗਈ ਸੀ, ਪਰ ਇਹ ਮਾਮਲਾ 35 ਲੱਖ ਰੁਪਏ ਵਿੱਚ ਤੈਅ ਹੋ ਗਿਆ। ਇਸ ਦੌਰਾਨ ਅਧਿਕਾਰੀਆਂ ਨੇ 20 ਲੱਖ ਰੁਪਏ ਵਸੂਲ ਲਈ ਸੀ, ਜਦਕਿ 15 ਲੱਖ ਰੁਪਏ ਦੀ
वसूली करनी बाकी सी। दस्या जा रहा है कि जदों रिश्वतखोरी का मामला सीनियर अधिकारी के ध्यान विच आया तो उन्होंने जांच अद विचाले ही रोक के मामला विजिलेंस के ध्यान विच लिया है। इस तों बाद चंडीगढ़ और फिरोजपुर के विजिलेंस टीम के अधिकारी फरीदकोट विखे पहुंचे और उन्होंने जांच पड़ताल करने तों बाद फरीदकोट के एस पी इन्वेस्टिगेशन गगनेश कुमार और डीएसपी सुशील कुमार समेत पांच लोगों विरुद्ध थाना सदर कपूरथला विखे केस दर्ज करवा दिता है। नवजोत सिंह सिद्धू ते विक्रम मजीठिया दी जफ्फी ने पंजाब दे सियासी हलकियां च नवीं चर्चावां छेड़ दित्तियां ने। हुण इस मामले उत्ते कैबिनेट मंत्री लालजीत सिंह भुल्लर दी प्रतिक्रिया सामने आई है। अमृतसर विखे मीडिया नाल गल करदिआं लालजीत भुल्लर ने कहा कि कैमरे अगे जफ्फी चाहे अज पई है पर मजीठिया ते नवजोत सिंह सिद्धू दी सियासी सांझ बहुत पुरानी है। इह सिर्फ लोकां नूं गुमराह करन लई इक दूजे खिलाफ बयान दिंदे रहिंदे ने। लालजीत भुल्लर मुताबक मुख मंत्री भगवंत मान दी चड़क नूं रोकण लई विरोधी पार्टियां आपस च गठजोड़ भी कर सकदियां ने। उन्हां अनुसार जेकर बरजिंदर सिंह हमदर्द ने कोई गलत काम नहीं किया तो उन्होंने विजिलेंस जांच उत्ते कोई इतराज नहीं होना चाहिए। इस तों इलावा लालजीत भुल्लर ने कांग्रेस के अंदरूनी कलेश उत्ते भी बयान सांझा किया है। जलंधर विखे सदी गई सर्व पार्टी मीटिंग दे विच पंजाब कांग्रेस दे साबका प्रधान नवजोत सिंह सिद्धू अते सीनियर अकाली आगू विक्रम सिंह मजीठिया दी पई जफ्फी ने सियासी गलियारियां दे विच चर्चा छेड़ दिती है। इस मामले दे विच हुन पंजाब दे ट्रांसपोर्ट मंत्री लालजीत सिंह भुल्लर ने वड्डा बयान दिता है। उन्हें कहा है कि पहला कैमरे पिछे जफ्फियां पैंदियां सी हुन कैमरे सामने पै रही ने। इस दे नाल ही कैबिनेट मंत्री लालजीत भुल्लर ने कहा कि मजीठिया सिद्धू अते बाजवा सब नूं इको पार्टी बना लैनी चाहीदी है। देखो ए जिहड़ी जफ्फी ਪਈ ਆ ਇਹ ਜੱਫੀ ਤੇ ਸ਼ੁਰੂ ਤੋਂ ਹੀ ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਸ਼ੁਰੂ ਤੋਂ ਹੀ ਇਹ ਜੱਫੀ ਪਈ ਆ ਪਰ ਕੱਲ ਜਿਹੜੀ ਜੱਗ ਜਾਹਰ ਹੋਈ ਆ ਲੋਕ ਤੇ ਪਹਿਲਾਂ ਹੀ ਜਾਣਦੇ ਸਨ ਕਿ ਇਹ ਲੋਕ ਰਲੇ ਹੋਏ ਆ ਇਹਨਾਂ ਨੂੰ ਤੇ ਹੁਣ ਇੱਕ ਕੋਈ ਸਾਂਝੀ ਪਾਰਟੀ ਬਣਾ ਲੈਣੀ ਚਾਹੀਦੀ ਆ ਸਿੱਧੂ ਸਾਹਿਬ ਨੂੰ ਮਜੀਠੀਆ ਸਾਹਿਬ ਨੂੰ ਬਾਜਵਾ ਸਾਹਿਬ ਨੂੰ ਕਮਲ ਸ਼ਰਮਾ ਜੀ ਨੂੰ ਤੇ ਹੋਰ ਵੀ ਜਿੰਨੇ ਵੀ ਉੱਥੇ ਆਗੂ ਗਏ ਨੇ ਇਹਨਾਂ ਨੂੰ ਇੱਕੋ ਡਰ ਸਤਾ ਰਿਹਾ ਉਹ ਸਰਦਾਰ ਭਗਵੰਤ ਸਿੰਘ ਮਾਨ ਦਾ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਲੋਕ ਪਹਿਲਾਂ ਹੀ ਰਲੇ ਹੋਏ ਸਨ ਆਮ ਆਦਮੀ ਪਾਰਟੀ ਜਦੋਂ ਹੋਣ 'ਚ ਆਈ ਸੱਤਾ 'ਚ ਆਈ ਉਹਦੇ ਬਾਅਦ ਇਹ ਜੱਗ ਜਾਹਰ ਹੋ ਗਿਆ ਇੱਕੇ ਸਟੇਜ 'ਤੇ ਬੈਠੇ ਆ ਅਤੇ ਮਜੀਠੀਆ ਸਾਹਿਬ ਕੱਲ੍ਹ ਉੱਥੇ ਨਾ ਗੱਲਾਂ ਕਰ ਰਹੇ ਸਨ ਬਿਨਾਂ ਕਿਸੇ ਪ੍ਰੂਫ ਤੋਂ ਬਿਨਾਂ ਸਬੂਤ ਤੋਂ ਇਹ ਗੱਲਾਂ ਕਰ ਰਹੇ ਸਨ ਕਿ ਸਾਰੇ ਹੀ ਹਮਦਰਦ ਸਾਹਿਬ ਦੇ ਹੱਕ 'ਚ ਨੇ। ਵੇਖੋ ਹਮਦਰਦ ਸਾਹਿਬ ਦੇ ਹੱਕ ਦੀ ਗੱਲ ਕਰੀਏ ਜੇ ਵਿਜੀਲੈਂਸ ਨੇ ਕੋਈ ਸੰਮਣ ਭੇਜਿਆ ਜਾਂ ਕੋਈ ਭੇਜਿਆ ਤਾਂ ਇਹਦੇ 'ਚ ਕੋਈ ਗੈਰ ਕਾਨੂੰਨੀ ਨਹੀਂ। ਜੇ ਕੋਈ ਹਮਦਰਦ ਸਾਹਿਬ ਨੇ ਗਲਤ ਨਹੀਂ ਕੀਤਾ ਤਾਂ ਵਿਜੀਲੈਂਸ ਸਾਹਿਬ ਦੀ ਜਾਂਚ ਕਰਕੇ ਉਹ ਜਾਂਚ ਨੂੰ ਬੰਦ ਕਰ ਦੇਗੀ ਇਹ 'ਚ ਕਿਹੜੀ ਗੱਲ ਆ। ਅਤੇ ਮਜੀਠੀਆ ਸਾਹਿਬ ਕਹਿ ਰਹੇ ਸਨ ਕਿ ਮੇਰੇ ਬੈਠਿਆਂ ਪੰਜ ਮੰਤਰੀਆਂ ਦੇ ਫੋਨ ਆਏ ਤੁਸੀਂ ਵੀ ਸੁਣੀ ਹੋਣੀ ਉਹ ਵੀਡੀਓ। ਉਹ ਵੀਡੀਓ ਦੇ ਵਿੱਚ ਬਿਨ ਬੁਨਿਆਦੇ ਐਵੇਂ ਇਲਜ਼ਾਮ ਲਾਉਣੇ। ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨਾਲ ਸਹਿਮਤ ਹਾਂ, ਅਸੀਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਕੀਤੇ ਕੰਮਾਂ ਨਾਲ ਸਹਿਮਤ ਹਾਂ, ਜਿੱਥੇ ਵੀ ਜੋ ਵੀ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਲੈਣਗੇ ਅਸੀਂ ਉਹਨਾਂ ਦੇ ਨਾਲ ਹਾਂ। ਉੱਥੇ ਹੀ ਬੀਤੇ ਕੱਲ੍ਹ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦੇ ਵੱਲੋਂ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਲਜ਼ਾਮ ਲਗਾਏ ਗਏ ਸੀ ਕਿ ਕੁਝ ਫਾਈਲਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਮੁੱਖ ਮੰਤਰੀ ਮਾਨ ਦੇ ਨਾਲ ਸਮਝੌਤਾ ਹੋਇਆ, ਉਸ ਉੱਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣਾ ਬਿਆਨ ਜਾਰੀ ਕੀਤਾ। ਵੇਖੋ ਪਹਿਲਾਂ ਰਾਜਾ ਵੜਿੰਗ ਜੀ ਨੇ ਟਵੀਟ ਕੀਤਾ, ਉਹਦੇ ਬਾਅਦ ਜਾਖੜ ਪਰਿਵਾਰ ਦੇ ਬਛਿੰਦੇ ਨੇ ਪਰਿਵਾਰ ਦੇ ਸਪੂਤ ਨੇ ਟਵੀਟ ਕੀਤਾ ਤੇ ਕਾਂਗਰਸ ਪਾਰਟੀ ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਆਪਸ 'ਚ ਲੜਦੇ ਝਗੜਦੇ ਹੁਣ ਇਹ ਇੰਨਾ ਪਾੜ ਧਾੜ ਹੋ ਚੁੱਕੀ ਇਹਨਾਂ ਦੇ ਵਿੱਚ। ਇਹ ਹਰੇਕ ਬੰਦਾ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਆ, ਕਾਂਗਰਸ ਦੇ ਜਿੰਨੇ MLA ਉਹ ਸਾਰੇ ਆਉਂਦੇ ਹੀ ਮੁੱਖ ਮੰਤਰੀ ਆ, ਉਹਨਾਂ 'ਚ MLA ਮੰਤਰੀ ਡਿਪਟੀ ਮੁੱਖ ਮੰਤਰੀ ਦੀ ਦੌੜ ਨਹੀਂ ਕਿਸੇ ਦੀ ਵੀ, ਸਾਰਿਆਂ ਦੀ ਮੁੱਖ ਮੰਤਰੀ ਦੌੜ ਆ। ਇੱਕ ਦੂਜੇ 'ਤੇ ਵਾਰ ਕਰ ਰਹੇ ਆ, ਇੱਕ ਦੂਜੇ 'ਤੇ ਟਵੀਟੋ ਟਵੀਟ ਕਰ ਰਹੇ ਆ। ਅਤੇ ਵੇਖੋ ਜੇ ਪਹਿਲਾਂ ਰਾਜਾ ਵੜਿੰਗ ਜੀ ਨੇ ਟਵੀਟ ਕੀਤਾ, ਉਹਦੇ ਬਾਅਦ ਜਾਖੜ ਪਰਿਵਾਰ ਦੇ ਸਪੂਤ ਨੇ ਟਵੀਟ ਕੀਤਾ, ਅਤੇ ਇਹ ਚੀਜ਼ਾਂ ਵੇਖੋ ਹੌਲੀ ਹੌਲੀ ਇੱਕ ਇੱਕ ਇਹਨਾਂ ਦਾ MLA ਇੱਕ ਇੱਕ ਇਹਨਾਂ ਦਾ ਜਿਹੜਾ ਵਰਕਰ ਆ ਉਹ ਇੱਕ ਦੂਜੇ ਦੇ ਜਿਹੜੇ ਰਾਜ ਨੇ ਉਹ ਜ਼ਾਹਰ ਕਰ ਰਹੇ ਨੇ। ਦੱਸਣਯੋਗ ਹੈ ਕਿ ਘੁੱਗੇ ਪੱਤਰਕਾਰ ਨੂੰ ਵਿਜੀਲੈਂਸ ਵੱਲੋਂ ਸਮਨ ਭੇਜੇ ਜਾਣ ਤੋਂ ਬਾਅਦ ਵੱਖ ਵੱਖ ਵਿਰੋਧੀ ਪਾਰਟੀਆਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰ ਰਹੀਆਂ ਨੇ। ਇਸੇ ਦਰਮਿਆਨ ਹਾਲ ਹੀ ਵਿੱਚ ਜਲੰਧਰ ਦੇ ਵਿੱਚ ਉਹਨਾਂ ਵੱਲੋਂ ਇੱਕ ਸਰਵ ਪਾਰਟੀ ਮੀਟਿੰਗ ਸਦੀ ਗਈ ਸੀ ਜਿਸ ਦੇ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੇਰਲਾ ਤੇ ਹਿਮਾਚਲ ਪ੍ਰਦੇਸ਼ ਦੀ ਉਧਾਰ ਸੀਮਾ ਘਟਾਉਣ ਤੋਂ ਬਾਅਦ ਹੁਣ ਪੰਜਾਬ ਦੀ ਵੀ ਉਧਾਰ ਲੈਣ ਦੀ ਹੱਦ 18,000 ਕਰੋੜ ਰੁਪਏ ਘਟਾ ਦਿੱਤੀ ਹੈ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਕਾਰਨ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਅੰਕੜਿਆਂ ਮੁਤਾਬਕ ਪੰਜਾਬ ਦੀ ਕਰਜ਼ਾ ਹੱਦ ਸਾਲਾਨਾ 39,000 ਕਰੋੜ ਰੁਪਏ ਬਣਦੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਸਾਲਾਨਾ ਉਧਾਰ ਲੈਣ ਦੀ ਹੱਦ 18,000 ਕਰੋੜ ਰੁਪਏ ਘੱਟ ਹੋ ਜਾਣ ਤੋਂ ਬਾਅਦ ਸਿਰਫ 21,000 ਕਰੋੜ ਰੁਪਏ ਹੀ ਰਹਿ ਗਈ ਹੈ।
ਭਾਵ ਪੰਜਾਬ ਸਰਕਾਰ ਹੁਣ ਸਿਰਫ 21,000 ਕਰੋੜ ਰੁਪਏ ਤੱਕ ਦਾ ਹੀ ਕਰਜ਼ਾ ਲੈ ਸਕੇਗੀ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਰਜ਼ੇ ਦੀ ਲਿਮਿਟ ਘਟਾਉਣੀ ਪੰਜਾਬ ਦੀ ਮਾੜੀ ਆਰਥਿਕ ਵਿਵਸਥਾ ਦੀ ਨਿਸ਼ਾਨੀ ਹੈ ਕਿਉਂਕਿ ਪੰਜਾਬ ਕਰਜ਼ਾ ਮੋੜਨ ਯੋਗ ਹੀ ਨਹੀਂ ਹੈ। ਭਾਰੀ ਕਰਜ਼ੇ ਥੱਲੇ ਦੱਬੀ ਆਪਦੀ ਪੰਜਾਬ ਸਰਕਾਰ ਨੂੰ ਭਾਜਪਾ ਦੀ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ। ਕੇਂਦਰ ਸਰਕਾਰ ਦੇ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਉਧਾਰ ਲੈਣ ਦੀ ਹੱਦ 18,000 ਕਰੋੜ ਰੁਪਏ ਘਟਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ ਦਾ 3% ਉਧਾਰ ਲੈਣ ਦਾ ਹੱਦ ਬਣਦਾ ਹੈ। ਅੰਕੜਿਆਂ ਮੁਤਾਬਿਕ ਪੰਜਾਬ ਦੀ ਕਰਜ਼ਾ ਹੱਦ ਸਾਲਾਨਾ 39,000 ਕਰੋੜ ਰੁਪਏ ਬਣਦੀ ਸੀ, ਪਰ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੀ ਸਾਲਾਨਾ ਉਧਾਰ ਲੈਣ ਦੀ ਹੱਦ 18,000 ਕਰੋੜ ਰੁਪਏ ਘਟਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਸਿਰਫ ਇਹ ਅੰਕੜਾ 21,000 ਕਰੋੜ ਰੁਪਏ ਰਹਿ ਗਿਆ। ਯਾਨੀ ਕਿ ਪੰਜਾਬ ਸਰਕਾਰ ਹੁਣ ਸਿਰਫ 21,000 ਕਰੋੜ ਰੁਪਏ ਤੱਕ ਦਾ ਹੀ ਕਰਜ਼ਾ ਕੇਂਦਰ ਸਰਕਾਰ ਤੋਂ ਲੈ ਸਕਦੀ ਹੈ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ। ਉਹਨਾਂ ਇਸ ਮਾਮਲੇ ਦੇ ਵਿੱਚ ਆਪਣਾ ਕੀ ਪ੍ਰਤੀਕਰਮ ਸਾਂਝਾ ਕੀਤਾ, ਆਓ ਜਾਣਦੇ ਹਾਂ। ਦੇਖੋ, ਜਿੱਥੇ ਤੱਕ ਮੈਂ ਪਹਿਲਾਂ ਵੀ ਕਿਹਾ ਵੀ 18,000 ਕਰੋੜ ਰੁਪਏ ਦੀ ਕਟੌਤੀ ਕਰਨੀ ਕਰਜ਼ਾ ਲੈਣ ਦੇ ਵਿੱਚ, ਕਰਜ਼ੇ ਦੀ ਜਿਹੜੀ ਲਿਮਿਟ ਆ ਘਟਾ ਦੇਣੀ, ਉਹ ਪੰਜਾਬ ਦੀ ਮਾੜੀ ਅਰਥ ਵਿਵਸਥਾ ਦੀਆਂ ਨਿਸ਼ਾਨੀਆਂ ਨੇ। ਕਿਉਂਕਿ ਇਹ ਤਾਂ ਸੱਚ ਆ ਕਿ ਪੰਜਾਬ ਦੀ ਅੱਜ ਆਰਥਿਕ ਹਾਲਤ ਇਹ ਆ ਵੀ ਇਹ ਕਰਜ਼ਾ ਮੋੜ ਜੋਗਾ ਨਹੀਂ ਹੈ। ਜੇ ਕਰਜ਼ਾ ਮੋੜਨ ਜੋਗਰਾ ਨਾ ਹੋਵੇ ਕੋਈ ਸੂਬਾ ਤਾਂ ਉਹਨੂੰ ਕਰਜ਼ਾ ਦਿੱਤਾ ਜਾਵੇ ਤਾਂ ਫਿਰ ਉਹਦੀ ਵਾਪਸੀ ਕਿੱਥੋਂ ਹੋਏਗੀ? ਸੋ ਕੇਂਦਰ ਨੇ ਜਿਹੜੇ ਮਾਪਦੰਡ ਬਾਕੀ ਦੇਸ਼ ਦੇ ਵਿੱਚ ਵਰਤ ਰਹੇ ਹੁੰਦੇ ਨੇ ਉਹਨਾਂ ਮੁਤਾਬਕ ਪੰਜਾਬ ਫਿੱਟ ਨਹੀਂ ਬੈਠ ਰਿਹਾ। ਅਤੇ ਚਿੰਤਾ ਇਸ ਗੱਲ ਦੀ ਆ ਕਿ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਪੰਜਾਬ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸ ਨੇ ਉਹਨਾਂ ਨੂੰ ਮੋਬਿਲਾਈਜ਼ ਕਰਨ ਲਈ ਪੰਜਾਬ ਦੀ ਸਰਕਾਰ ਨੂੰ ਕੋਈ ਚਿੰਤਾ ਹੀ ਨਹੀਂ, ਪੰਜਾਬ ਦੀ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ। ਪਿਛਲੇ ਸਮੇਂ ਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਰਿਸੋਰਸ ਸੁਧਾਰਨੇ ਚਾਹੀਦੇ ਸੀ ਉਹਨਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ, ਇਸੇ ਕਰਕੇ ਪੰਜਾਬ ਦੇ ਸਿਰ 50,000 ਕਰੋੜ ਦਾ ਕਰਜ਼ਾ 1 ਸਾਲ 'ਚ ਚੜ੍ਹ ਗਿਆ। ਅਤੇ 3 ਲੱਖ ਕਰੋੜ ਦਾ ਕਰਜ਼ਾ ਕਿਸੇ ਸੂਬੇ 'ਤੇ ਹੋ ਜਾਣਾ ਅਤੇ ਫਿਰ ਉਹਦੀ ਮੋੜਨ ਦੀ ਕੋਈ ਵਿਵਸਥਾ ਹੀ ਨਾ ਹੋਣੀ ਅਤੇ ਕੁਦਰਤੀ ਤੌਰ 'ਤੇ ਫਿਰ ਕਰਜ਼ੇ 'ਤੇ ਲਿਮਿਟ ਲੱਗਣੀ ਸੀ। ਪਰ ਦੁੱਖ ਇਸ ਗੱਲ ਦਾ ਕਿ ਪੰਜਾਬ 'ਤੇ ਜੋ ਵੀ ਹਮਲੇ ਹੋਏ ਜਾਂ ਕਟੌਤੀਆਂ ਹੋਈਆਂ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉੱਥੇ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਕਥਿਤ ਵੀਡੀਓ ਮਾਮਲੇ ਦੇ ਵਿੱਚ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ ਕਟਾਰੂ ਚੱਕ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੱਲ ਵੀ ਕਿਹਾ ਮਾਨ ਜੋ ਗਵਰਨਰ ਪੰਜਾਬ ਨੂੰ ਜਦੋਂ ਉਹਨਾਂ ਨੇ ਵੀਡੀਓ ਜਿਹੜੀ ਕਟਾਰੂ ਚੱਕ ਦੀ ਸਹੀ ਮੰਨੀ ਆ ਤੇ ਵੀਡੀਓ ਤੇ ਅਮਲ ਕਰਨ ਲਈ ਐਕਸ਼ਨ ਲੈਣ ਲਈ ਮਾਨ ਜੋ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਨ ਜੋ ਗਵਰਨਰ ਪੰਜਾਬ ਉਹਨਾਂ ਨੇ ਚਿੱਠੀ ਲਿਖੀ ਆ ਤਾਂ ਅਸੀਂ ਮੰਗ ਕਰਦੇ ਹਾਂ ਕਿ ਗਵਰਨਰ ਸਾਹਿਬ ਨੂੰ ਹੁਣ ਅੱਗੇ ਚੱਲਣਾ ਚਾਹੀਦਾ, ਅੱਗੇ ਵਧਣਾ ਚਾਹੀਦਾ ਤੇ ਮਤਲਬ ਜਿਹੜਾ ਹੈ ਮੁੱਖ ਜਿਹੜਾ ਮੰਤਰੀ ਕਟਾਰੂ ਚੱਕ ਉਹਨੂੰ ਡਿਸਮਿਸ ਕਰਨਾ ਚਾਹੀਦਾ, ਜਿਹੜਾ ਸ਼੍ਰਿਸ਼ਟਾਚਾਰ ਦੇ ਮੁਤਾਬਕ ਸਾਡੀਆਂ ਰਹੁ ਰੀਤਾਂ ਰਿਵਾਜ਼ਾਂ ਦੇ ਮੁਤਾਬਕ ਸਾਡੀਆਂ ਸਮਾਜਿਕ ਵੈਲਿਊਜ਼ ਦੇ ਮੁਤਾਬਕ ਜਿਹੜਾ ਉਹਦਾ ਕਾਰਵਾਈ ਆ ਜਿਹੜੀ ਬਿਲਕੁਲ ਗਲਤ ਆ, ਜਿਹਨੂੰ ਮਾਨ ਜੋ ਗਵਰਨਰ ਸਾਹਿਬ ਠੀਕ ਨਹੀਂ ਸਮਝ ਰਹੇ ਤੇ ਫਿਰ ਉਹ ਮੁੱਖ ਮੰਤਰੀ ਉਹ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਰੱਖਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਆ। ਨਹੀਂ ਤਾਂ ਕਟਾਰੂ ਚੱਕ ਵਾਲਾ ਜਿਹੜਾ ਕੇਸ ਆ ਇਹ ਮੁੱਖ ਮੰਤਰੀ ਨੂੰ ਮਹਿੰਗਾ ਪਏਗਾ। ਦੱਸਣਯੋਗ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਕਈ ਮੁੱਦਿਆਂ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੂੰਜੀਗਤ ਖਰਚੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਕੌਮੀ ਸਿਹਤ ਮਿਸ਼ਨ ਦੇ ਕਰੀਬ 800 ਕਰੋੜ ਦੇ ਫੰਡ ਨੂੰ ਵੀ ਜਾਰੀ ਨਹੀਂ ਕਰ ਰਹੀ। ਕੇਂਦਰ ਸਰਕਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਨਾਮ ਆਮ ਆਦਮੀ ਕਲੀਨਿਕ ਰੱਖਿਆ ਗਿਆ ਅਤੇ ਇਨ੍ਹਾਂ ਇਮਾਰਤਾਂ ਤੇ ਮੁੱਖ ਮੰਤਰੀ ਮਾਨ ਦੀ ਤਸਵੀਰ ਲਾਈ ਗਈ ਹੈ। ਜ਼ਿਲ੍ਹਾ 'ਚ ਨਜ਼ਰਬੰਦ ਬੰਦੀ ਸਿੰਘਾਂ ਦੀਆਂ ਹੋ ਰਹੀਆਂ ਪੱਕੀਆਂ ਜ਼ਮਾਨਤਾਂ ਦੇ ਸਿਲਸਿਲੇ ਤਹਿਤ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਪੱਕੀ ਰਿਹਾਈ ਮਿਲ ਗਈ ਹੈ। ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਪੱਕੀ ਰਿਹਾਈ ਮਿਲਣ ਉੱਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਮਿਲਦੀ ਆ ਰਹੀ ਪੈਰੋਲ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਭਾਈ ਗੁਰਮੀਤ ਸਿੰਘ ਨੂੰ 28 ਸਾਲਾਂ ਬਾਅਦ ਪੱਕੀ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਸਿੱਖ ਸੰਗਤ ਦੀਆਂ ਕੋਸ਼ਿਸ਼ਾਂ ਨੂੰ ਬੋਰ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਪੱਕੀਆਂ ਜ਼ਮਾਨਤਾਂ ਦੇ ਸਿਲਸਿਲੇ ਤਹਿਤ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਹਾਈਕੋਰਟ ਦੇ ਵੱਲੋਂ ਪੱਕੀ ਰਿਹਾਈ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹ ਆਪਣੇ ਪਟਿਆਲਾ ਗ੍ਰਹਿ ਵਿਖੇ ਪਹੁੰਚੇ ਅਤੇ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਧਾਰਮਿਕ ਪੁਸਤਕਾਂ ਵੀ ਭੇਟ ਕੀਤੀਆਂ ਨੇ। ਗੱਡੀ ਰਾਤ ਮਹਿਸੂਸ ਕਰ ਅਤਿਗ੍ਰਹਿ ਧੰਨਵਾਦ ਕਰਨਾ।
यह मौका मैं दिता जुडिशरी के मन उन्होंने मेहर पाई है संगत दरसा प्रवान कितना ने सरकार को मेरी यही बेनती है अपील है भी जिन्होंने अपन सजाव पूरी कर चुकी उन्होंने तुरंत रिहा किया जाना चाहिए तो ये तो इन्होंने वास्ते किसी कौम किसी व्यक्ति को संघर्ष नहीं करना चाहिए वह मन का हक है वो उन्होंने बिना संघर्ष किए मिलना चाहिए। इस मौके श्रोमणी कमेटी के मैंबर ने हाई कोर्ट के इस फैसले की शलाघा की है। बड़ी खुशी महसूस हो रही है कि लंबे समय तो भाई गुरमीत सिंह के इन्होंने साथी जो जेल में बंद सन पिछले समय से पैरोल से आए थे पर अज पक्की जमानत साढ़े नगर पटियाला विखे पहुंचे। मैं श्रोमणी गुरुद्वारा प्रबंधक कमेटी वालों साढ़े माननीय प्रधान भाई हरजिंदर सिंह जी का वालों इन्हों का स्वागत करना इन्होंने बधाई भी देना समुचे परिवार को बधाई देना क्योंकि श्रोमणी गुरुद्वारा प्रबंधक कमेटी के होर पंथक संस्थावां वक्रे तौर पर अपने अपने तौर पर इन्ह बंदी सिंह बाहर कढ़ने वास्ते बड़ा संघर्ष मिले हो अज मैं समझना कि भावें सरकार वालों तो सानू कोई राहत नहीं मिली सानू गिला भी है सरकार से पर जुडिशरी ने जरूर साड़ी आवाज सुनी है पिछले दो तीन महीने हुए हैं भाई लखविंदर सिंह लखा जो भी पटियाला संबंधित सन अजक लुधियाना जिले रह रहे हैं उन्होंने पक्की जमानत मिली है। दूसरे सिंह भाई गुरमीत सिंह होरी इन्हों पक्की जमानत मिली है तो मैं आस करदा कि बाकी जो सिंह ने उन्होंने भी जुडिशरी इस तरीके इन्ह भाई साहब ने बार भेजा पक्की जमानत दी उन्होंने भी जल्दी तो जल्दी बार भेजा गया तो श्रोमणी गुरद्वारा प्रबंधक कमेटी अपने पत्र से बाकी संस्थावान लैके ये संघर्ष आ जोड़ा बंदी सिंह बहर क्डन का निरंतर जारी रहेगा जिन्ना चर सर। जिक्रयोग है कि इंजीनियर भाई गुरमीत सिंह नूं मिलदी आ रही पैरोल तो बाद पंजाब एंड हरियाणा हाई कोर्ट दे वल्लों 28 साल बाद उन्हां नूं पक्की जमानत ते रिहा कर दिता गया। इस तो पहला ओह 28 दिनां दे लई पैरोल ते बाहर आए सी पर हुण अदालत ने उन्हां नूं पक्की जमानत दे दिती है। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਜਾਂਦੇ ਜਾਂਦੇ ਚਾਤ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਉੱਤੇ। ਉੜੀਸਾ ਦੇ ਬਾਲਾਸੋਰ ਚ ਭਿਆਨਕ ਰੇਲ ਹਾਦਸਾ ਸੈਂਕੜੇ ਲੋਕਾਂ ਦੀ ਹੋਈ ਮੌਤ 900 ਦੇ ਕਰੀਬ ਹੋਏ ਜ਼ਖਮੀ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ। ਯਾਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਨੂੰ ਨਸੀਹਤ ਜਥੇਦਾਰ ਨੇ ਅਕਾਲੀ ਦਲ ਨੂੰ ਪੁਰਾਣਾ ਏਜੰਡਾ ਯਾਦ ਕਰਵਾਇਆ ਜਥੇਦਾਰ ਨੇ ਕਿਹਾ ਰਾਜਸੀ ਸੋਚ ਵਿੱਚੋਂ ਸਿੱਖ ਪੰਥ ਮਨਫੀ ਹੋਇਆ। ਕੱਲੂਕਾਰਾ ਦਿਹਾੜੇ ਉੱਤੇ ਅੰਮ੍ਰਿਤਸਰ 'ਚ ਪਈ ਭਾਜੜ ਪੁਲਿਸ ਨੂੰ ਮਿਲੀ ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ ਜਾਂਚ ਤੋਂ ਬਾਅਦ ਇਹ ਸੂਚਨਾ ਅਫਵਾਹ ਨਿਕਲੀ ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫਤਾਰ। ਫਰੀਦਕੋਟ ਦੇ ਉੱਚ ਪੁਲਿਸ ਅਧਿਕਾਰੀਆਂ ਖਿਲਾਫ ਵਿਜੀਲੈਂਸ ਜਾਂਚ ਰਿਸ਼ਵਤ ਮਾਮਲੇ 'ਚ SP ਤੇ DSP ਉੱਤੇ ਕੇਸ ਦਰਜ ਆਰੋਪੀਆਂ ਨੇ IG ਦੇ ਨਾਮ ਉੱਤੇ ਮੰਗੀ ਸੀ ਰਿਸ਼ਵਤ। ਅਤੇ ਸਿੱਧੂ ਤੇ ਮਜੀਠੀਆ ਦੀ ਜੱਫੀ ਉੱਤੇ ਸਿਆਸਤ ਗਰਮ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਵਿੰਨੇ ਸਿੱਧੂ ਤੇ ਮਜੀਠੀਆ ਦੇ ਨਿਸ਼ਾਨੇ। ਲਾਲਜੀਤ ਨੇ ਕਿਹਾ ਕੈਮਰੇ ਸਾਹਮਣੇ ਜੱਫੀ ਹੁਣ ਪਈ ਪਰ ਦੋਵਾਂ ਦੀ ਸਿਆਸੀ ਸਾਂਝ ਹੈ ਪੁਰਾਣੀ। ਇਸੇ ਦੇ ਨਾਲ ਆਪਣੀ ਦੋਸਤ ਦੀਪਿਕਾ ਨੂੰ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ TV ਪੰਜਾਬ।